ਇਹ ਵੈਂਟੀਲੇਟਰ ਤੇ ਆ ਯੂਨੀਵਰਸਿਟੀ ਹੁਣ ਇੰਨਾ ਕੋਈ ਮੰਦਾ ਹਾਲ ਹੋਇਆ ਪਿਆ ਖੇਤੀ ਦਾ ਜੀ ਇਹ ਸਾਨੂੰ ਹੱਥ ਜੋੜ ਕੇ ਸਰਕਾਰ ਨੂੰ ਬੇਨਤੀ ਆ ਵੀ ਇੱਕ ਚੰਗਾ ਬੰਦਾ ਚੰਗੀ ਪ੍ਰੋਫਾਈਲ ਵਾਲਾ ਬੰਦਾ ਜਿਹਨੂੰ ਪੰਜਾਬ ਦੀ ਖੇਤੀ ਦਾ ਪਤਾ ਹੋਵੇ ਜੀ ਜਿਹੜਾ ਸਾਡੀ ਧਰਤੀ ਨਾਲ ਜੁੜਿਆ ਹੋਵੇ ਇਸ ਯੂਨੀਵਰਸਿਟੀ ਨਾਲ ਜੁੜਿਆ ਹੋਵੇ ਉਸ ਬੰਦੇ ਨੂੰ ਵੀਸੀ ਅਪੁਆਇੰਟ ਕਰੋ। 15 रुपए PAU ਦੇ ਪੜ੍ਹੇ ਲਿਖੇ ਬੇਰੁਜ਼ਗਾਰ ਖੇਤੀਬਾੜੀ ਵਿਗਿਆਨੀਆਂ ਤੋਂ ਬੂਟ ਪਾਸ ਕਰਵਾਓ ਜੀ। ਕਿ ਰੋਜ਼ਗਾਰ ਦਾ ਮਸਲਾ ਹੈ, ਢਿੱਡ ਦਾ ਮਸਲਾ ਹੈ, ਸਾਡੇ ਆਪਦੇ ਸੁਪਨਿਆਂ ਦਾ ਮਸਲਾ ਹੈ। ਜਿਹੜੇ ਘਰਦਿਆਂ ਨੇ ਸਾਨੂੰ 7-7 ਸਾਲ ਹੋ ਗਏ ਸਾਡੇ ਖਰਚਾ ਚੱਕਦਿਆਂ ਨੂੰ, ਇਹ ਉਹਨਾਂ ਦੀ ਖੁਸ਼ੀ ਦਾ ਮਸਲਾ। ਸਰੀਰ ਦਾ ਮਰਨਾ ਮੌਤ ਨਹੀਂ ਹੁੰਦੀ, ਇਹ ਜ਼ਮੀਰ ਦਾ ਮਰਨਾ ਮੌਤ ਆ। ਇਹ ਅੱਜ ਇਹ ਸਾਰਾ ਸਾਬਤ ਹੋ ਗਿਆ, ਤੁਸੀਂ ਵੇਖ ਸਕਦੇ ਹੋ ਇਕੱਠ ਤੋਂ। MSc, BSc, PhD ਜਿਹੜੇ ਕਰ ਰਹੇ ਆ ਬੰਦੇ, ਸਭ ਤੋਂ ਘੱਟ ਕੀਮਤ ਤੁਹਾਡੇ ਬੂਟ ਪਾਲਿਸ਼ ਕਰਨਗੇ 15 ਰੁਪਏ ਜੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੱਚੇ ਅੱਜ ਬੂਟ ਪਾਲਿਸ਼ ਕਰ ਰਹੇ ਨੇ। ਖੇਤੀਬਾੜੀ ਯੂਨੀਵਰਸਿਟੀ ਦੇ MSc BSc ਕੀਤੇ ਬੱਚਿਆਂ ਨੂੰ ਕਿਉਂ ਬੂਟ ਪਾਲਿਸ਼ ਕਰਨੇ ਪੈ ਰਹੇ ਨੇ ਉਹ ਗੱਲਬਾਤ ਕਰਾਂਗੇ। ਤਾਂ ਇੱਧਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਇਹਨਾਂ ਦੇ ਛਾਤੀ 'ਤੇ ਇਹਨਾਂ ਨੇ ਲਿਖਿਆ ਹੋਇਆ ਵੀ ਕਿਹੜੀ ਡਿਗਰੀ ਇਹ ਇਹਨਾਂ ਨੇ ਕੀਤੀ ਹੋਈ ਹੈ। MSc ਡਿਗਰੀ ਹੋਲਡਰ ਨੇ, BSc ਡਿਗਰੀ ਹੋਲਡਰ ਨੇ, ਇਹ ਵੀ MSc ਡਿਗਰੀ ਹੋਲਡਰ ਨੇ, ਪਰ ਕਰ ਕੀ ਰਹੇ ਨੇ? ਜਿੱਥੇ ਇਹਨਾਂ ਦੇ ਹੱਥਾਂ ਦੇ ਵਿੱਚ ਕਾਪੀ ਪੈੱਨ ਹੋਣੇ ਚਾਹੀਦੇ ਨੇ, ਹੱਥਾਂ ਦੇ ਵਿੱਚ ਟਿਫਨ ਹੋਣੇ ਚਾਹੀਦੇ ਨੇ, ਪਰ ਇਹਨਾਂ ਦੇ ਹੱਥ ਦੇ ਵਿੱਚ ਬੂਟ ਪਾਲਿਸ਼ ਵਾਲੇ ਬ੍ਰਸ਼ ਨੇ। ਤਾਂ ਇਹ ਕਿਉਂ ਇਹ ਨੌਬਤ ਇੱਥੇ ਤੱਕ ਪਹੁੰਚੀ ਹੈ, ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਇਸ ਟਾਈਮ ਦੇ ਵਿੱਚ ਤੁਹਾਡੇ ਹੱਥਾਂ ਦੇ ਵਿੱਚ ਟਿਫਨ ਹੋਣੇ ਚਾਹੀਦੇ ਸੀਗੇ, ਤੁਸੀਂ ਕੰਮ 'ਤੇ ਜਾਣੇ ਚਾਹੀਦੇ ਸੀਗੇ। ਭਗਵੰਤ ਮਾਨ ਸਾਹਿਬ ਨੇ ਵੀ ਕਿਹਾ ਸੀਗਾ ਕਿ ਨੌਜਵਾਨਾਂ ਦੇ ਹੱਥੋਂ ਟੀਕੇ ਖੋ ਕੇ ਉਹਨਾਂ ਦੇ ਹੱਥ 'ਚ ਟਿਫਨ ਫੜਾਉਣੇ ਆ, ਅਤੇ ਤੁਸੀਂ ਬੂਟ ਪਾਲਿਸ਼ ਕਰਨ ਬਹਿ ਗਏ ਤੁਸੀਂ? ਕਿਉਂਕਿ ਰੋਜ਼ਗਾਰ ਦਾ ਮਸਲਾ ਹੈ, ਢਿੱਡ ਦਾ ਮਸਲਾ ਹੈ, ਸਾਡੇ ਆਪਦੇ ਸੁਪਨਿਆਂ ਦਾ ਮਸਲਾ ਹੈ। ਜਿਹੜੇ ਘਰਦਿਆਂ ਨੇ ਸਾਨੂੰ 7-7 ਸਾਲ ਹੋ ਗਏ ਸਾਡੇ ਖਰਚਾ ਚੱਕਦਿਆਂ ਨੂੰ, ਇਹ ਉਹਨਾਂ ਦੀ ਖੁਸ਼ੀ ਦਾ ਮਸਲਾ, ਸਾਡੇ ਆਪਦੇ ਸੁਪਨਿਆਂ ਦਾ ਮਸਲਾ, ਢਿੱਡ ਦਾ ਮਸਲਾ, ਜਿਹੜੇ ਹੱਦ ਤੱਕ ਜਾਣਾ ਪਿਆ ਜਾਵਾਂਗੇ। ਸਰਕਾਰ ਮੰਨ ਕਿਉਂ ਨਹੀਂ ਰਹੀ ਤੁਹਾਡੀਆਂ ਮੰਗਾਂ? ਵਾਜਬ ਮੰਗਾਂ ਨੇ ਵੀ ਤੁਸੀਂ ਆਪਣੀਆਂ ਵੈਕੈਂਸੀਆਂ ਕੱਢੋ, ਤੁਸੀਂ ਪੇਪਰ ਦਿਓ, ਜਿਹੜਾ ਕਾਬਲ ਆ ਉਹਨੂੰ ਨੌਕਰੀ ਮਿਲੇ। ਭਾਅ ਜੀ, 50% ਖੇਤੀਬਾੜੀ ਵਿਭਾਗ ਖਾਲੀ ਪਿਆ ਜੀ। ਯੂਨੀਵਰਸਿਟੀ ਦਾ ਹਾਲ ਵੇਖ ਲਓ, ਡਾਇਰੈਕਟਰ ਰਿਸਰਚ ਹੈ ਨਹੀਂ ਗਾ, ਡਾਇਰੈਕਟਰ ਐਕਸਟੈਂਸ਼ਨ ਹੈ ਨਹੀਂ, ਇੱਥੇ VC ਹੈ ਨਹੀਂ ਗਾ ਜੀ, ਆਨਰੇਬਲ VC ਦੀ ਪੋਸਟ ਖਾਲੀ ਪਈ ਆ। ਹੁਣ ਖੇਤੀ ਪ੍ਰਧਾਨ ਸੂਬਾ, ਇਹ ਯੂਨੀਵਰਸਿਟੀ ਨੂੰ ਆਪਾਂ ਕਿਵੇਂ ਡੁੱਬਦੇ ਵੇਖ ਸਕਦੇ ਹਾਂ, ਖੇਤੀ ਨੂੰ ਕਿਵੇਂ ਡੁੱਬਦੇ ਵੇਖ ਸਕਦੇ ਹਾਂ? ਇਹ ਐਗਰੀਕਲਚਰ ਟੈਕਨੋਕ੍ਰੇਟਸ ਬਿਨਾਂ ਇਹ ਪੰਜਾਬ ਦੀ ਜਿਹੜੀ ਐਕਸਟੈਂਸ਼ਨ ਆ, ਪੰਜਾਬ ਦੀ ਜਿਹੜੀਆਂ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨੇ ਉਹ ਲੋਕਾਂ ਤੱਕ ਨਹੀਂ ਪਹੁੰਚ ਸਕਦੇ ਜਿੰਨਾ ਤੱਕ ਐਗਰੀਕਲਚਰ ਟੈਕਨੋਕ੍ਰੇਟਸ ਨਾ ਹੋਣਗੇ। ਇਹ ਸਰਕਾਰ ਦੀ ਜ਼ਮੀਰ ਮਰ ਗਈ, ਪਰ ਇਹ ਬੱਚਿਆਂ ਦੀ ਤੁਸੀਂ ਵੇਖ ਸਕਦੇ ਹੋ, ਇਕੱਠ ਤੋਂ ਵੇਖ ਸਕਦੇ ਹੋ। ਇਹ ਸਰੀਰ ਦਾ ਮਰਨਾ ਮੌਤ ਨਹੀਂ ਹੁੰਦੀ, ਇਹ ਜ਼ਮੀਰ ਦਾ ਮਰਨਾ ਮੌਤ ਆ। ਇਹ ਅੱਜ ਇਹ ਸਾਰਾ ਸਾਬਤ ਹੋ ਗਿਆ, ਤੁਸੀਂ ਵੇਖ ਸਕਦੇ ਹੋ ਇਕੱਠ ਤੋਂ। ਅਸੀਂ ਜਿਸ ਹੱਦ ਤੱਕ ਜਾਣਾ ਪਏ ਜਾਵਾਂਗੇ, ਅਣਮਿੱਥੇ ਸਮੇਂ ਲਈ ਅਸੀਂ ਪ੍ਰੋਟੈਸਟ ਕਰਾਂਗੇ, ਜਿਨ੍ਹਾਂ ਤਾਈਂ ਸਰਕਾਰ ਸਾਡੀ ਬਾਂਹ ਨਹੀਂ ਫੜਦੀ। ਹਰੀ ਕ੍ਰਾਂਤੀ ਜਿਹੜੀ ਆਪਾਂ ਗ੍ਰੀਨ ਰੈਵੋਲਿਊਸ਼ਨ ਜਿਹਨੂੰ ਕਹਿੰਦੇ ਹਾਂ, ਇੱਕ ਉਹ ਤਾਂ ਲਿਆਂਦੀ ਸੀਗੀ ਇਸ ਯੂਨੀਵਰਸਿਟੀ ਨੇ, ਚਿੱਟੀ ਕ੍ਰਾਂਤੀ ਜਿਹਨੂੰ ਆਪਾਂ ਦੁੱਧ ਦੀ ਕ੍ਰਾਂਤੀ ਵੀ ਕਹਿੰਦੇ ਹਾਂ, ਡੈਰੀ ਫਾਰਮਿੰਗ ਦੀ, ਉਹ ਵੀ ਇਸੇ ਯੂਨੀਵਰਸਿਟੀ ਨੇ ਲਿਆਂਦੀ ਸੀ। ਪਰ ਅੱਜ ਇਹ ਹਾਲ ਕੀ ਹੋ ਗਿਆ ਯੂਨੀਵਰਸਿਟੀ ਦਾ ਕਿ ਕਈ 1.5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਕਿ ਇੱਕ VC ਤੱਕ ਨਹੀਂ ਇਹਨੂੰ ਪੱਕਾ ਮਿਲ ਸਕਿਆ? ਦੇਖੋ, ਪਿਛਲੀ ਕਾਂਗਰਸ ਸਰਕਾਰ ਸੀ, ਉਹਨਾਂ ਕੋਲ VC ਨਹੀਂ ਲੱਗਿਆ ਜੀ, ਅਤੇ ਇਹ ਸਰਕਾਰ ਨੂੰ ਨੀਅਰ ਅਬਾਊਟ ਤੁਸੀਂ ਲਾ ਲਓ ਕਿੰਨੇ 4-5-6 ਮਹੀਨੇ ਦੇ ਲਾਗੇ ਹੋ ਗਏ ਜੀ ਇਹ ਸਰਕਾਰ ਬਣੀ ਨੂੰ। ਮਾਰਚ 'ਚ ਮੇਰੇ ਲੱਗਦਾ ਸਹੁੰ ਚੱਕੀ ਸੀਗੀ, ਅਤੇ ਅਜੇ ਤੱਕ ਇਹਨਾਂ ਕੋਲ VC ਨਹੀਂ ਲੱਗਿਆ ਜੀ। ਤੇ ਸਾਡੀ ਲੱਗ ਰਿਹਾ ਕਿ ਕਾਬਲ ਇੱਥੇ ਹੈ ਨਹੀਂ ਗੇ ਜਿਹੜੇ ਲੱਗ ਸਕਣ, ਜਾਂ ਵਿਦਿਆਰਥੀ ਉਹ ਕਾਬਲ ਨਹੀਂ ਹੈ ਜਿਹੜੇ ਨੌਕਰੀਆਂ ਲੱਗ ਸਕਣ। ਸਰਕਾਰ ਨੂੰ ਇਹ ਵੀ ਬੇਨਤੀ ਹੈ ਵੀ ਇਹ ਨਹੀਂ ਵੀ ਜਿਹੜਾ ਮਰਜ਼ੀ ਚੱਕ ਕੇ VC ਲਾ ਦਿਓ, ਪ੍ਰੋਫਾਈਲ ਦੇ ਹਿਸਾਬ ਨਾਲ। ਇਹ ਵੈਂਟੀਲੇਟਰ ਤੇ ਆ ਯੂਨੀਵਰਸਿਟੀ ਹੁਣ, ਇੰਨਾ ਕੋਈ ਮੰਦਾ ਹਾਲ ਹੋਇਆ ਪਿਆ ਖੇਤੀ ਦਾ ਜੀ, ਇਹ ਸਾਨੂੰ ਹੱਥ ਜੋੜ ਕੇ ਸਰਕਾਰ ਨੂੰ ਬੇਨਤੀ ਆ ਵੀ ਇੱਕ ਚੰਗਾ ਬੰਦਾ, ਚੰਗੀ ਪ੍ਰੋਫਾਈਲ ਵਾਲਾ ਬੰਦਾ, ਜਿਹਨੂੰ ਪੰਜਾਬ ਦੀ ਖੇਤੀ ਦਾ ਪਤਾ ਹੋਵੇ ਜੀ, ਜਿਹੜਾ ਸਾਡੀ ਧਰਤੀ ਨਾਲ ਜੁੜਿਆ ਹੋਵੇ, ਇਸ ਯੂਨੀਵਰਸਿਟੀ ਨਾਲ ਜੁੜਿਆ ਹੋਵੇ, ਉਸ ਬੰਦੇ ਨੂੰ VC ਅਪੁਆਇੰਟ ਕਰੋ, ਤਾਂ ਹੀ ਖੇਤੀਬਾੜੀ ਮਹਿਕਮਾ ਪ੍ਰਫੁੱਲਤ ਹੋ ਸਕਦਾ, ਪੰਜਾਬ ਦੀ ਖੇਤੀ ਪ੍ਰਫੁੱਲਤ ਹੋ ਸਕਦੀ। ਅਤੇ ਅੱਜ ਬੂਟ ਪਾਲਿਸ਼ ਦੀ ਕੀਮਤ ਕਿੰਨੀ ਰੱਖੀ ਹੋਈ ਹੈ? 15 ਰੁਪਏ ਬੂਟ ਪਾਲਿਸ਼ ਸਭ ਤੋਂ ਘੱਟ, ਸਭ ਤੋਂ ਘੱਟ MSc, BSc, PhD ਜਿਹੜੇ ਕਰ ਰਹੇ ਆ ਬੰਦੇ, ਸਭ ਤੋਂ ਘੱਟ ਕੀਮਤ ਤੁਹਾਡੇ ਬੂਟ ਪਾਲਿਸ਼ ਕਰਨਗੇ 15 ਰੁਪਏ ਜੀ, 15 ਰੁਪਏ ਬੂਟ ਪਾਲਿਸ਼ ਦਾ ਰੇਟ ਰੱਖਿਆ ਜੀ। ਤਾਂ ਇਹ ਤਸਵੀਰਾਂ ਤੁਸੀਂ ਦੇਖੋ ਕਿ MSc, BSc ਡਿਗਰੀ ਹੋਲਡਰ ਜਿਹੜੇ ਨੇ ਅੱਜ ਬੂਟ ਪਾਲਿਸ਼ ਕਰ ਰਹੇ ਨੇ। ਬੂਟ ਪਾਲਿਸ਼ 15 ਰੁਪਏ PAU ਦੇ ਪੜ੍ਹੇ ਲਿਖੇ ਬੇਰੁਜ਼ਗਾਰ ਖੇਤੀਬਾੜੀ ਵਿਗਿਆਨੀਆਂ ਤੋਂ ਬੂਟ ਪਾਲਿਸ਼ ਕਰਵਾਓ ਜੀ। ਤਾਂ ਤੁਸੀਂ ਇਹ ਤਸਵੀਰਾਂ ਦੇਖੋ ਕਿ PhD ਡਿਗਰੀ ਹੋਲਡਰ ਜਿਹੜੇ ਨੇ ਉਹ ਅੱਜ ਇੱਥੇ ਬੂਟ ਪਾਲਿਸ਼ ਕਰਨ ਦੇ ਵਿੱਚ ਜਿਹੜਾ ਸਮਾਂ ਆਪਣਾ ਲਗਾ ਰਹੇ ਨੇ, ਜਿੱਥੇ ਇਹਨਾਂ ਨੂੰ ਆਪਣੇ ਦਫ਼ਤਰਾਂ ਦੇ ਵਿੱਚ ਹੋਣਾ ਚਾਹੀਦਾ ਸੀਗਾ,
पर इत्थे बूट पॉलिश करन ते बैठे हुए ने। तस्वीरां तुसीं देखियां सरकार दे वास्ते पंजाब दे वास्ते बड़ी त्रासदी वाली गल है कि जिहड़ा जिन्हें हरी क्रांति ते चिट्टी क्रांति जिस यूनिवर्सिटी ने लियांदी सी कि अज उस यूनिवर्सिटी का हाल की है, कई देर तो एक वीसी तक नहीं है। तो इन्होंने बच्चों का कहना है कि तुम वैकेंसियां कढ़ो जो काबिल होंगे तुम उन्होंने नौकरी दे दो। तो अपडेट्स से जुड़े रहो कैमरामैन सतन मठाड़ू के साथ सरमजीत सिंह भल्ला लुधियाना टाइम्स।